ਸਾਰੇ ਵੀਰ ਭਰਾ, ਉਮੀਦ ਕਰਦਾ ਸਾਰੇ ਠੀਕ ਹੋਊਗੇ, ਚੜ੍ਹਦੀ ਕਲਾ 'ਚ ਹੋਊਗੇ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਇਸ ਵਾਲੀ ਵੀਡੀਓ ਦੇ ਵਿੱਚ। ਕੱਲ੍ਹ ਨੂੰ ਉਹ ਟੂਰਨਾਮੈਂਟ ਮੇਰੇ ਵੀਰੋ ਜਿਨ੍ਹਾਂ ਦੀ ਜੋ ਹੈ ਉਡੀਕ ਕਰ ਰਹੀ ਸੀ, ਦੋ ਟੂਰਨਾਮੈਂਟ, ਇੱਕ ਕੱਪ ਕੈਂਸਲ ਹੋ ਗਿਆ। ਟੂਰਨਾਮੈਂਟ ਅੱਗੇ ਹੋ ਸਕਦਾ ਉਹ ਹੋਏ ਆਉਣਗੀਆਂ, ਅਲਟੋ ਗੱਡੀਆਂ ਕਰੀਆਂ ਹੋਈਆਂ, ਮੁੰਡਿਆਂ ਨੇ ਵਧੀਆ ਨਵੀਆਂ ਤਿਆਰ ਕੀਤੀਆਂ ਸੀ, ਪਰ ਜੋ ਪਰਮਾਤਮਾ ਚਾਹੁੰਦਾ ਹੁੰਦਾ ਉਹੀ ਆ। ਟੂਰਨਾਮੈਂਟਾਂ ਬਾਰੇ ਜਾਣਕਾਰੀ ਦੇਵਾਂਗੇ, ਨਵੇਂ ਆਏ ਹਾਂ ਤਾਂ ਸਬਸਕ੍ਰਾਈਬ ਅਤੇ ਵੀਡੀਓ ਲਾਈਕ ਜ਼ਰੂਰ ਕਰ ਦਿਓ। ਖਿਡਾਰੀ ਟੌਪ ਦੇ ਹੀ ਖੇਡਣੇ ਆ, ਕਿਉਂਕਿ ਚਰਚਾ ਛਿੜੀ ਹੋਈ ਸੀ ਉਸ ਟੂਰਨਾਮੈਂਟ ਦੀ, ਵਧੀਆ ਕੱਪ ਆ। ਕੱਲ੍ਹ ਨੂੰ ਦੇਖਿਓ ਫਿਰ, ਜੋ ਪਹਿਲਾ ਟੂਰਨਾਮੈਂਟ ਆ ਮੇਰੇ ਵੀਰੋ ਜੰਡਪੁਰ ਦੇ ਵਿੱਚ ਹੋਣਾ ਸੀਗਾ, ਟੌਪ ਦਾ ਕਬੱਡੀ ਕੱਪ ਸੀ, ਮੇਜਰ ਲੀਗ ਦੀਆਂ ਟੀਮਾਂ ਖੇਡਣੀਆਂ ਸੀ, ਬੈਸਟਾਂ ਨੂੰ ਗੱਡੀਆਂ ਰੱਖੀਆਂ ਗਈਆਂ ਸੀ, ਅਲਟੋ ਗੱਡੀਆਂ ਦਿੱਤੀਆਂ ਜਾਣੀਆਂ ਸੀ, 2.5-2 ਲੱਖ ਇਨਾਮ ਰੱਖੇ ਗਏ ਸੀਗੇ। ਪਰ ਮੀਂਹ ਦੇ ਕਾਰਨ ਮੇਰੇ ਵੀਰੋ ਗਰਾਊਂਡ ਦਿਖਾਇਆ ਕਮੇਟੀ ਨੇ ਬਿਲਕੁਲ ਹੀ ਖਰਾਬ ਹੋਇਆ ਪਿਆ ਸੀਗਾ, ਅਤੇ ਤਾਂ ਕਰਕੇ ਟੂਰਨਾਮੈਂਟ ਕੈਂਸਲ ਕਰਨਾ ਪਿਆ, ਤਰੀਕਾਂ ਕੈਂਸਲ ਕਰਨੀਆਂ ਪਈਆਂ ਟੂਰਨਾਮੈਂਟ ਦੀਆਂ। ਆਉਣ ਵਾਲੇ ਦਿਨਾਂ 'ਚ ਹੋ ਸਕਦਾ ਫਿਰ ਮੇਰੇ ਵੀਰੋ ਟੂਰਨਾਮੈਂਟ ਉਹ ਕਰਵਾਇਆ ਜਾਵੇ। ਇਸ ਤੋਂ ਅੱਗੇ ਮੇਰੇ ਵੀਰੋ ਅੱਜ ਜੋ ਟੂਰਨਾਮੈਂਟ, ਕੱਲ੍ਹ ਨੂੰ ਮਾਫ ਕਰਨਾ, ਜੋ ਟੂਰਨਾਮੈਂਟ ਹੋਣਾ ਹੀ ਆ, ਜੋ ਕਲੀਅਰ ਹੀ ਆ ਕੁਮਾਰ ਮਾਜਰੇ ਦੇ ਵਿੱਚ, ਵੱਡਾ ਟੂਰਨਾਮੈਂਟ ਆ, ਬੈਸਟਾਂ ਨੂੰ ਸੋਨਾ ਲਿੱਕਾ ਟਰੈਕਟਰ ਦਿੱਤੇ ਜਾਣੇ ਆ, ਟੌਪ ਟੌਪ ਦੇ ਖਿਡਾਰੀ ਖੇਡਣੇ ਆ, 1.5 ਲੱਖ 2 ਲੱਖ ਪਹਿਲਾ ਇਨਾਮ, ਦੂਜਾ ਇਨਾਮ 1.5 ਲੱਖ ਆ। ਰਵੀ ਕੈਲਰ ਨੂੰ ਮੇਰੇ ਵੀਰੋ ਬਾਈਕ ਦਿੱਤੀ ਜਾਣੀ ਹੈ, ਇੱਥੇ ਵੱਡੀ ਟੀਮ ਦੜਬੇ ਵਾਲਿਆਂ ਦੀ ਪਹੁੰਚ ਰਹੀ ਆ, ਵੱਡੀ ਟੀਮ ਇਹਨਾਂ ਦੀ ਪਹੁੰਚਣੀ ਆ। ਫਰਿਆਦ ਸ਼ਾਜੀ ਹੁਣਿਆਂ ਦੇ ਵੀ ਲੋਕ ਦਿਵਾਨੇ ਆ, ਉਹ ਵੀ ਖੇਡਣੇ ਆ, ਕੱਲ੍ਹ ਨੂੰ ਪੂਰੀ ਜਾਣਕਾਰੀ ਦੇਵਾਂਗੇ ਖਿਡਾਰੀਆਂ ਬਾਰੇ ਵੀ। ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ, ਨਵੇਂ ਆਏ ਹਾਂ ਤਾਂ ਸਬਸਕ੍ਰਾਈਬ ਸਾਰੇ ਭਰਾ ਜ਼ਰੂਰ ਕਰ ਲਓ, ਕਬੱਡੀ ਦੀਆਂ ਵੀਡੀਓ ਇਸ ਚੈਨਲ 'ਤੇ ਆਪਾਂ ਪਾਉਣੇ ਰਹਿੰਦੇ ਹਾਂ। ਦੇਖੋ ਕੱਲ੍ਹ ਨੂੰ ਫਿਰ ਕਿਹੜਾ ਲੈ ਕੇ ਜਾਂਦਾ ਸੋਨਾ ਲਿੱਕਾ, ਨਵੀਂ ਅਪਡੇਟ ਲੈ ਕੇ ਮਿਲਦੇ ਹਾਂ, ਧੰਨਵਾਦ।